अल्हम्दुलिल्लाह शुक्र है अल्लाह का, बड़ा कुछ नाप ने छुपाया। ठीक है, इन्हें कोई मेरा मतलब घाटा नहीं है, इन्हें मुनाफा ही मुनाफा है। ठीक है, और जनाब ये बकरियां मेरा मतलब नुकसान भी होते ने फायदे भी होते ने। ठीक है, ये मेरा मतलब इन्हें कोई घाटा नहीं, ये नबी की दुआ है कि सियाने आख्या ऊठा आले सदा करजाई ते मचा गावां आले अद्धे, बकरियां भेडा आले सदा सदागर ते मर जाण भावें सबे। ये बकरियां वेचियां सारे 28 कट्ठियां लौड़दे बंदे हन वागे बार्डर दे, ਉਹਨਾਂ ਮੇਰੇ ਕੋਲ 28 ਉਹਨਾਂ ਫਾਰਮ ਬਣਾਇਆ ਸੀ ਉਹ ਭਾਈ, ਉਸ ਟਾਈਮ ਮੈਂ 7 ਲੱਖ ਦੀਆਂ ਵੇਚੀਆਂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ। ਪਿਆਰੇ ਭਾਈ ਕੀ ਹਾਲ ਹੈ? ਅੱਲਾਹ ਦਾ ਕਰਮ ਜਨਾਬ। ਜਨਾਬ ਦਾ ਕੀ ਨਾਮ ਹੈ? ਮੁਹੰਮਦ ਸ਼ਹਿਜ਼ਾਦ। ਸ਼ਹਿਜ਼ਾਦ ਭਾਈ ਇਲਾਕਾ ਕਿਹੜਾ ਜੇ? ਜੇ ਠੀਕ ਹੈ ਭਾਈ। ਜ਼ਿਲ੍ਹਾ ਸਿਆਲਕੋਟ? ਜ਼ਿਲ੍ਹਾ ਸਿਆਲਕੋਟ, ਤਹਿਸੀਲ ਸੰਭਰਿਆਲ। ਤੇ ਭਾਈ ਤੁਸੀਂ ਕਿੰਨੇ ਅਰਸੇ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ ਪੇ? ਜਨਾਬ ਇਹ ਸਾਡਾ ਦਾਦੇ ਪਰਦਾਦੇ ਤੋਂ ਇਹ ਕੰਮ ਆ ਰਿਹਾ, ਸਾਡੀ ਨਸਲ ਪਰ ਨਸਲ ਆ ਰਿਹਾ ਕੰਮ। ਮਾਸ਼ਾਅੱਲਾ। ਤੇ ਭਾਈ ਇਹਨਾਂ ਦੀ ਕਿੰਨੀ ਉਮਰ ਹੈ? ਮੇਰੇ ਭਾਈ ਕੋ 23-24 ਸਾਲ ਉਮਰ ਹੈ। ਠੀਕ ਹੈ, ਯਾਨੀ ਕੋ 15-16 ਸਾਲ ਦਾ ਤੁਹਾਡਾ ਵੀ ਤਜਰਬਾ ਹੋਣਾ ਹੈ। ਹਾਂਜੀ। ਮਾਸ਼ਾਅੱਲਾ। ਤੇ ਸਰ ਤੁਸੀਂ ਇਹ ਕੰਮ ਵਿੱਚੋਂ ਕੀ ਸਿੱਖਿਆ, ਕੀ ਹਾਸਲ ਕੀਤਾ ਹੈ? ਤੁਹਾਡੇ ਵਾਲਦ ਸਾਹਿਬ ਇਹ ਕੰਮ ਕਰਦੇ ਰਹੇ ਨੇ, ਤੁਸੀਂ ਵੀ ਇਹ ਕੀਤਾ ਹੈ, ਤੁਹਾਡੇ ਦਾਦਾ ਜਾਨ ਵੀ ਇਹ ਕਰਦੇ ਹਨ? ਹਾਂਜੀ, ਅਲਹਮਦੁਲਿਲਾ ਸ਼ੁਕਰ ਹੈ ਅੱਲਾਹ ਦਾ, ਬੜਾ ਕੁਝ ਨਾਪ ਇਹਦੇ ਚ ਪਾਇਆ। ਠੀਕ ਹੈ, ਇਹਨਾਂ 'ਚ ਕੋਈ ਮੇਰਾ ਮਤਲਬ ਘਾਟਾ ਨਹੀਂ ਹੈ, ਇਹਨਾਂ 'ਚ ਮੁਨਾਫਾ ਹੀ ਮੁਨਾਫਾ ਹੈ। ਠੀਕ ਹੈ, ਔਰ ਜਨਾਬ ਇਹ ਬੱਕਰੀਆਂ ਮੇਰਾ ਮਤਲਬ ਨੁਕਸਾਨ ਵੀ ਹੋ ਜਾਂਦੇ ਨੇ ਫਾਇਦੇ ਵੀ ਹੁੰਦੇ ਨੇ। ਠੀਕ ਹੈ, ਇਹ ਮੇਰਾ ਮਤਲਬ ਇਹਨਾਂ 'ਚ ਕੋਈ ਘਾਟਾ ਨਹੀਂ, ਇਹ ਨਬੀ ਦੀ ਦੁਆ ਹੈ। ਯਾਨੀ ਕਿ ਇਹਨਾਂ 'ਚ ਫਾਇਦਾ ਹੀ, ਅਗਰ ਅੱਲਾ ਨਾ ਕਰੇ ਨੁਕਸਾਨ ਹੋ ਵੀ ਜਾਏ ਤੇ ਫਿਰ ਵੀ ਨੁਕਸਾਨ ਪੂਰਾ ਹੋ ਜਾਂਦਾ। ਕੋਈ ਗੱਲ ਨਹੀਂ, ਉਹ ਅੱਲਾ ਦਾ, ਅੱਲਾ ਦੇਣੀ ਹੈ ਤੇ ਅੱਲਾ ਲੈ ਵੀ ਜਾਂਦਾ ਹੈ, ਅੱਲਾ ਦੇਣ ਵਾਲਾ ਵੀ ਹੈ, ਅੱਲਾ ਖਰਨ ਵਾਲਾ ਵੀ ਹੈ। ਠੀਕ ਹੈ, ਸ਼ੁਕਰ ਅੱਲਾ ਜ਼ਾਤ ਦਾ ਕਿ ਕਦੀ ਦਿਲ ਤੇ ਨਹੀਂ ਮੇਰਾ ਮਤਲਬ ਇਹ ਗੱਲ ਆਈ। ਤੇ ਕੀ ਵਜ੍ਹਾ ਹੁੰਦੀ ਹੈ ਕਿ ਭਾਈ ਨੁਕਸਾਨ ਕਿਹੜੀ ਵਜ੍ਹਾ ਤੋਂ ਹੁੰਦਾ ਹੈ? ਨੁਕਸਾਨ ਭਾਈ ਅੱਲਾਹ ਵੱਲੋਂ ਹੀ ਹੁੰਦਾ ਹੈ, ਮੇਰਾ ਮਤਲਬ ਹੈ ਕੋਈ ਬਿਮਾਰੀ ਆ ਗਈ ਜਾਂ ਮੇਰਾ ਮਤਲਬ ਹੈ ਕੋਈ ਹੋ ਗਿਆ, ਕੋਈ ਵਾਧਾ ਘਾਟਾ ਜਾਂ ਮੇਰਾ ਮਤਲਬ ਕੋਈ ਪੀਰ ਸ਼ੀਰ ਪੈ ਗਿਆ, ਇਹ ਵਜ੍ਹਾ ਹੈ। ਐਤਕੀ ਬਿਮਾਰੀ ਆਈ ਹੈ, ਕੋਈ ਸਮਝ ਨਹੀਂ ਲੱਗਾ, ਬੜੀ ਦਵਾਈ ਲਾਈ ਹੈ, ਬੜਾ ਟੀਕੇ ਲਾਏ ਨੇ, ਬੜੇ ਇਲਾਜ ਕੀਤੇ ਨੇ, ਕੋਈ ਨਹੀਂ ਮੇਰਾ ਮਤਲਬ ਹੈ ਕੋਈ। ਬੱਕਰੀਆਂ ਤਕਰੀਬਨ 8-10 ਮਰ ਗਈਆਂ, ਸਾਰੇ ਸੂਬੇ ਦੇ ਜਾ ਮਰ ਗਏ ਨੇ। ਠੀਕ ਹੈ, ਤੇ ਅੱਲਾ ਦਾ ਸ਼ੁਕਰ ਹੈ ਕੁਛ 7-8 ਬਚੇ ਨੇ ਜਾ, ਅੱਲਾ ਦਾ ਕਰਮ, ਅੱਲਾ ਇਹਨਾਂ ਤੋਂ ਵਾਧਾ ਵਧਾ ਦੇਦਾ, ਮੁੱਲ ਲੈ ਆਵਾਂਦੇ, ਇੰਜ ਹੀ ਭਾਜ ਸਰਕਾਰ ਚੱਲਦਾ ਪਿਆ ਇਨਸ਼ਾਅੱਲਾ। ਸਰ ਅੱਲਾ ਪਾਕ ਕਰਮ ਕਰੇਦਾ, ਸ਼ੁਕਰ ਹੈ ਅੱਲਾ ਦਾ। ਤੇ ਬਿਮਾਰੀ ਕਿਹੜੇ ਮੌਸਮ 'ਚ ਇਹਨਾਂ ਨੂੰ ਜ਼ਿਆਦਾ ਹੁੰਦੀ ਹੈ? ਬਿਮਾਰੀ ਭਾਈ ਅੱਲਾ ਨਾ ਕਰੇ ਤੇ ਕਿਸੇ ਮੌਸਮ 'ਚ ਵੀ ਨਹੀਂ ਆਉਂਦੀ, ਜੇ ਕੋਈ ਮੇਰਾ ਮਤਲਬ ਆ ਵੀ ਜਾਏ ਨਾ, ਸੌਣ ਭਾਦਰੋ ਹੋ ਗਿਆ, ਠੀਕ ਹੈ, ਜਾਂ ਚੇਤਰ ਸਿਆਲ 'ਚ ਹੋ ਗਿਆ, ਠੀਕ ਹੈ, ਸਿਆਲ 'ਚ ਬਹੁਤਾ ਡਾਊਨ ਹੁੰਦਾ, ਜਾਂ ਸੌਣ ਭਾਦਰੋ ਵੀ, ਸਾਡੇ ਵਾਲਾ ਵੇਲੇ ਵਾਲੇ ਪਾਣੀ ਛਾਣੀ ਫਿਰਦਾ ਤੇ ਮਾਲ ਦੇ ਖੋਰ ਗਲ ਜਾਂਦੇ ਨੇ, ਬਿਮਾਰੀ ਆ ਜਾਂਦੀ ਹੈ। ਠੀਕ ਹੈ, ਸਾਡੇ ਵੱਲ ਇਹ ਗੱਲ ਕੋਈ, ਪਾਣੀ ਨਹੀਂ ਫਿਰਦਾ, ਬਾਰਿਸ਼ ਹੀ ਪਾਣੀ ਹੁੰਦਾ। ਠੀਕ ਹੈ ਜਨਾਬ, ਤੇ ਅੱਲਾ ਦਾ ਕਰਮ ਹੈ, ਵਾਰਾ ਵੇਖਿਆ ਤੁਸੀਂ ਪੱਕਾ ਆਏ ਹੋ ਜੀ। ਠੀਕ ਹੈ, ਉਹ ਸਾਨੂੰ ਐਡੀ ਕੋਈ ਮਸਲਾ ਪਰੇਸ਼ਾਨੀ ਨਹੀਂ ਆਇਆ ਵਾਰੇ ਵੱਲੋਂ। ਤੇ ਭਾਈ ਇਹ ਜਿਹੜੀ ਬਿਮਾਰੀ ਮੌਸਮੀ ਬਿਮਾਰੀਆਂ ਹੁੰਦੀਆਂ ਨੇ, ਇਹਨਾਂ ਦੀ ਕੁਝ ਲੋਕ ਵੈਕਸੀਨੇਸ਼ਨ ਵੀ ਕਰਾਉਂਦੇ ਨੇ, ਕੋਈ ਟੀਕੇ ਵਗੈਰਾ ਲਗਵਾਉਂਦੇ ਨੇ, ਹਾਂਜੀ ਭਾਈ, ਤੁਸੀਂ ਇਹਨਾਂ ਦੀ ਕੋਈ ਵੈਕਸੀਨੇਸ਼ਨ ਕਰਾਉਂਦੇ ਹੋ? ਹਾਂਜੀ ਭਾਈ, ਕਰਨੇ। ਇਹ ਕਿੰਨੇ ਮਹੀਨੇ ਬਾਅਦ ਕਰਾਉਂਦੇ ਹੋ? ਇਹ ਭਾਈ 6 ਮਹੀਨਿਆਂ ਬਾਅਦ ਤੇ ਜ਼ਰੂਰੀ ਕਰੀ ਦੀ ਹੈ। ਠੀਕ ਹੈ, ਵਰਨਾ ਡਾਕਟਰ ਸਾਹਿਬ ਆਉਂਦੇ ਨੇ ਕਿ 3 ਮਹੀਨਿਆਂ ਬਾਅਦ ਇਹ ਜ਼ਰੂਰੀ ਹੈ। ਕੀੜਿਆਂ ਵਾਲੀ ਦਵਾਈ ਹੋ ਗਈ ਜਨਾਬ, ਔਰ ਫਾਸਤੀ ਟੀਕੇ ਹੋ ਗਏ, ਇਹ ਕੁਝ ਜਿਹੀਆਂ ਮਸਾਲਾ ਮਸੂਲਾ ਦੇਈਦਾ। ਠੀਕ ਹੈ, ਇਹ ਜਿਹੜੇ ਫਾਸਤੀ ਟੀਕੇ ਖੁਦ ਲਾ ਲੈਂਦੇ ਹੋ ਜਾਂ ਕਿ ਡਾਕਟਰ ਸਾਹਿਬ ਆ ਕੇ ਲਾਉਂਦੇ ਨੇ? ਅਲਹਮਦੁਲਿਲਾ ਮੈਂ ਖੁਦ ਲਾ ਲੈਂਦਾ। ਤਾਂ ਖਰਚਾ ਹੁੰਦਾ ਇਹਨਾਂ ਦੀਆਂ ਜਿਹੜਾ ਤੁਸੀਂ ਟੀਕੇ ਵਗੈਰਾ ਲਾਉਂਦੇ ਹੋ? ਟੀਕਿਆਂ ਦਾ ਭਾਈ ਖਰਚਾ ਮੇਰਾ ਮਤਲਬ ਵੈਕਸੀਨ ਦਾ ਜੀ, ਵੈਕਸੀਨ ਦਾ ਭਾਈ ਕੋਈ ਨਹੀਂ, ਗੌਰਮੈਂਟ ਹੀ ਲਾਭ ਦੀ। ਅੱਛਾ, ਯਾਨੀ ਉਹ ਇੰਜੈਕਸ਼ਨ ਫ੍ਰੀ ਮਿਲ ਜਾਂਦੇ ਨੇ? ਹਾਂਜੀ, ਉਹ ਗੌਰਮੈਂਟ ਹੀ ਲਾਭਦੇ ਨੇ, ਔਰ ਦਵਾਈ ਸ਼ਵਾਈ ਉਹ ਅੱਲਾ ਦਾ ਸ਼ੁਕਰ ਹੈ, ਉਹ ਕੋਈ ਮੈਂ ਕਦੀ ਭੈੜੀ ਦਵਾਈ ਨਹੀਂ ਦਿੱਤੀ ਹੈ। ਠੀਕ ਹੈ, ਮੈਂ ਅੱਛੀ ਦਵਾਈ ਦੇਣਾ, ਮਸਲਾਂ 2000 ਦੀ ਹੋ ਗਈ, 500 ਵਾਲੀ ਕਿਰਮਾ ਵਾਲੀ ਦਵਾਈ। ਇਹ ਭਾਈ ਮੇਰੇ ਕੋਲ ਮਾਲ ਨੁਕਸਾਨ ਕਰਤਾ, ਨੁਕਸਾਨਿਆ ਨਾ ਜਾਂਦਾ, ਮਾਲ ਮੇਰੇ ਕੋਲ ਬੜਾ ਸੀ। ਠੀਕ ਹੈ, ਤੇ ਇਸ ਟਾਈਮ ਕਿੰਨਾ ਉਹ ਹੈ ਨੇ? ਕੋ 30-35 ਹੈ ਨੇ। ਮਾਸ਼ਾਅੱਲਾ, ਅੱਲਾ ਦਾ ਸ਼ੁਕਰ ਹੈ। ਤੇ ਕਿਹੜੀ ਕਿਹੜੀ ਨਸਲ ਜੇ? ਇਹ ਨਸਲ ਭਾਈ ਇੰਜੀ ਹੈ, ਕੋਈ ਸਾਹੀਵਾਲ ਦੀ ਨਸਲ ਹੈ, ਕੋਈ ਸਿਆਲਕੋਟੀ ਹੈ, ਕੋਈ ਥੋੜੀ ਸਿਆਲਕੋਟੀ ਨੇ, ਕੋਈ ਸਾਹੀਵਾਲ ਹੋ ਗਿਆ। ਅੱਛਾ, ਐਂ ਕੋਈ ਮਦਰਸਾ ਹੋ ਗਿਆ। ਠੀਕ ਹੈ, ਨਸਲ ਇਹ ਜਿਹੜੀ ਸਿਆਲਕੋਟ ਦੀ ਹੈ ਤੇ ਸਾਹੀਵਾਲ ਦੀ ਹੈ, ਇਹਦੇ 'ਚ ਕੋਈ ਫਰਕ ਥੋੜਾ ਦੱਸੋ ਭਾਈ। ਫਰਕ ਹੈ, ਕੀ ਫਰਕ ਹੈ? ਸਿਆਲਕੋਟੀ ਸੋਹਣਾ ਬੜਾ। ਅੱਛਾ, ਠੀਕ ਹੈ, ਉਹ ਕੱਕਾ ਹੋ ਗਿਆ, ਖੱਟਾ ਚੀਨਾ ਹੋ ਗਿਆ, ਸੋਹਣਾ ਰੰਗ ਹੈ। ਠੀਕ ਹੈ, ਸਾਡਾ ਸਿਆਲਕੋਟ ਉਹਨਾਂ ਨੂੰ ਬੜਾ ਪਸੰਦ ਕਰਦਾ।
ठीक है। तो यह जरा साहीवाल हो गया इन्हों का जरा साढ़े इलाके रंग टैच नहीं करता ठीक। और माशाल्लाह यह दुध देन दुध देन ना साहीवाल का माल लाहौर का हो गया ठीक है मंडी शंडी का ये माल वे दुध देन वे है ठीक है। और अल्लाह का शुक्र जरा ना सियालकोट ही कलर यह सोहना ही है जी ठीक है। यानी कि जी साहीवाल की नस्ल है सियालकोट की नस्बत ज्यादा दुध दी है। हाँ जी। अच्छा हाँ जी। साहीवाल की बकरी ज्यादा तो ज्यादा कि दुधे को दिता है साढ़े को भाई 5 किलो 6 किलो तक भी दिता है। इतने एक बकरी थन खराब हो गया वो 6 किलो मैं चुंदा रहा इस टाइम मौजूद है। हाँ जी मौजूद। अच्छा प्यारे भाई ए साहीवाल की बकरी जिन्हें कि दुध दिता है इन्हें भाई 5 से 6 किलो दुध दिता है सजरी ने। अच्छा ठीक है। थन खराब हो गया हूं भी अलहमदुल्ला ना एक थान 24 ना 3 किलो ए पक्का दुध दे एक थाने च एक चो बिलकुल नहीं होंगे एक चो बिलकुल नहीं है रेशा होंगे ठीक है। थान बिलकुल खराब हो गए ठीक है ठीक है। ए थान अगले दिन मैं टुट गया साजे वांडा ते चाचे राने चोईए ते उन्हें पूड़ी नहीं चोई ठीक है ठीक है। ते इन्हू ना मेरा मतलब ओली जी पै गई है। अच्छा ते ओदे नाल ना बड़ा फर्क पै गया ही एदा दुध लो ते लाजमा चा कीता ते हुण अल्लाह दा शुक्र है को ठीक हो गई। चलो अल्लाह करम करे नाल ही वादा घटा। हां जी। ते तुसी बकरियां फिर कुछ है जिहड़ी साहीवाल नसल है कित्थों खरीदियां ने? ए भाई साहीवाल मंडी तो। ठीक है तुसी माशाल्लाह नाल खरीदारी भी करदे हो। हां जी। नवा बंदा जदों बकरी लैण जाए उहनूं कोई अच्छियां गल्लां दसो कि बकरी किंज खरीदे। बकरी भाई नवा बंदा कई अक्सर साढ़े सियालकोट दे विच आए ने मेरा मतलब शौक आए आ राजनपुड़ियाँ का ठीक है। भाई मैनू तो राजनपुड़ी पसंद नहीं आया ठीक है। इन्हों ना एक बार मैं आँदी ही बकरी वो मैं 35,000 की आँदी ही तो उन्होंने पानी लाग हो गई मर गई ठीक है। फिर जनाब दूजी बारी भी आँदी सी उसका भी यही हाल होया ठीक है। और साडा सियालकोट के बंदे ने आते हैं राजनपुड़ी लेले बड़े सोहने होंगे ने माशाल्लाह सोहने होंगे ने भाई इतने मेरी निस्बत ना पालते नहीं है। जी जी थोड़ी गल जी बजाए जी साहीवाल की बकरी खरीदी गलों वेख के कि चीज़ों वेख के लेंगे भाई असं वेखने मेरा मतलब कोई थान बहाना वेखी जा दुध दे दी या नहीं ठीक है। और जिसम वेखी जा मूँह मत्था वेखी जा ठीक है। और अल्लाह का शुक्र है वह सियालकोट ही घट नहीं है ठीक है। सियालकोट ही सगों वादी होनी है मेरा मतलब वह कोई साढ़े सियालकोट तो पसंद करते हैं जरा कोई 4 पैसे वलते छड़ते हैं सियालकोट ये कक्के खटे जीने रंग दे ते जनाब दूजिया तो जरा घट ने ठीक है। और साढ़ा माल अल्लाह का शुक्र है आंदा जाता ही रहा विकता बड़ा विकता शुक्र है अल्लाह का माशाल्लाह। सियालकोट तो बंदे आते हैं बच्चे छोटे बेच बेच छड़ते हैं ठीक है। और जनाब अला बकरियां बिक जांदियां लेले बिक जांदे ने ते सारा ना जड़ा साहीवाल ते सियालकोटी बकरी दे रेट च किन्ना क फर्क है इहनां दा कोई रेट दसो थोड़ा। रेट च भाई फर्क है ठीक है। रेट सियालकोट दा बहुता है ते साहीवाल दा घट है रेट इस ओतल ओतल दे तकाजे नाल ना मेरा मतलब ओतल इहनां दा बहुता है ये साढ़े सियालकोट नूं ओतल बेटा पसंद नहीं करदे कई बंदे हैन पसंद करदे ने ठीक है। वो मदरसे वाला साढ़े सियालकोट ही रंग है मक्खी जीना हो गया खट्टा जीना हो गया कक्का हो गया ठीक है। वो जनाब मैं कि लेला आंदा सा जे उतो मदरसे हो बच्चे ने खट्टे जीने मेरी नहीं मेरा ख्याल लेला किन्ने दा लेंदा ही लेला भाई मैं आंदा ही 54,000 दा ते ए जेड़े दो बच्चे सामने नजर आंदे ने पेना दी किन्नी कीमत है ए भाई फिलहाल इन्हां दी कीमत जी इन्हां दी कीमत को 12-13 हज़ार फी। हाँ जी। ते किन्नी उमर इन्हां दी उम्र इन्हां दी महीना डेढ़ जे। अच्छा हाँ जी ठीक है। ते बकरी के बकरे ने एक बकरी एक बकरा ठीक है। ते किसी ने जे अगर जोड़ा ही लेना हो ते किन्ने दा मिल जाएगा? चलो भाई को आए दा कर लांगे। चलो नंबर तुहाडा शेयर कर दांगे तुहाडे नाल हो दी यानी कि डील कर लेदा ते माशाल्लाह सर काफी तुसी कीमती गल्लां दसियां ने ते इहनां दी रूटीन की रखदे हो उहनां नूं की खवांदे पिलांदे हो उहनां दी सेवा की करदे हो? भाई असीं इहनां नूं खवांदे पिलांदे आप ही खुद कुछ नहीं है ठीक है। सर्दियां च है कणक ले ली या मेरा मतलब चाला ले लिया ठीक है या मेरा मतलब कोई बदल झड़ी होए ते तूड़ी कतावा कर लईदा और असीं अग अजकल गर्मियां च असीं 1 रुपया नहीं इहनां नूं पाउंदे। अच्छा ए बाहर सिट्टे बेबा ने ए ही चुगना इहनां ठीक है। अगो घाह शाह पत्तर छत्तर ए ही पाने ने यानी कि फिर इन्हों का खर्चा जरा कि थोड़ी जी दिहाड़ी है वही खर्चा होंगे इन्हें। हाँ जी वही है बस। तो इस साल के कड़े कुछ ऐसे महीने ने जो उन्होंने तुम्हें कुछ खुवाना पिलाना भी पैंदा है कोई दाने वगैरह तो खर्च होंगे? पो मांग हो गया पो हो गया मांग हो गया 2 महीने उत्ते 2 महीने ने बहुत साढ़े लिए औखे 10 महीने सानू सोखे सोखे तो उदू 2 महीनों की खिला खिला पिला लेंगे हो
ਉਦੋਂ ਭਾਈ ਅਸੀਂ ਉਂਝ ਪੱਤਰ ਛੱਤਰ ਹੀ ਚਾੜਨੇ ਆ, ਪਿੱਪਲ ਹੋ ਗਿਆ, ਛਿੜੀ ਹੋ ਗਿਆ, ਬੇਰੀ ਹੋ ਗਈ, ਕਿੱਕਰ ਹੋ ਗਿਆ, ਠੀਕ ਹੈ, ਕੋਈ ਲੱਭ ਗਿਆ ਮੇਰਾ ਮਤਲਬ ਹੈ, ਤੇ ਇਹ ਹੀ ਪਾਉਂਦੇ ਹਾਂ। ਹੋਰ ਰੱਬ ਤੁਹਾਡਾ ਭਲਾ ਕਰੇ। ਬਹੁਤੀ ਤੰਗੀ ਹੈ ਚਨਾ, ਪੱਠੇ ਸਟਾਲਾ ਹੋ ਗਿਆ, ਕਣਕ ਹੋ ਗਈ ਆ, ਮੇਰਾ ਮਤਲਬ ਤੂਰੀ ਗੰਡਾ ਹੋ ਗਿਆ। ਠੀਕ ਹੈ, ਤੇ ਅਗਰ ਕੋਈ ਚਾਹੇ ਕਿ ਅਸੀਂ ਇਹਨਾਂ ਨੂੰ ਬੰਨ ਕੇ ਪਾਲੀਏ, ਫਾਰਮ ਬਣਾ ਲਈਏ, ਹਾਂਜੀ, ਫਿਰ ਤੁਹਾਡਾ ਕੀ ਸੀਨ ਕਹਿੰਦਾ, ਉਹ ਕੰਮ ਬਿਹਤਰ ਜਾਂ ਕਿ ਚਰਾਈ? ਭਾਈ ਆਪਣੀ ਆਪਣੀ ਪਸੰਦ ਹੈ, ਆਪਣੀ ਆਪਣੀ ਪਸੰਦ ਹੈ, ਅਤੇ ਮੇਰਾ ਮਤਲਬ ਫਾਰਮ ਵਾਲਾ ਕੰਮ ਵੀ ਬਿਹਤਰ ਹੈ। ਮੈਂ ਭਾਈ ਬੱਕਰੀਆਂ ਵੇਚੀਆਂ ਸਾਡੇ 28 ਇਕੱਠੀਆਂ ਲਾਹੌਰ ਦੇ ਬੰਦੇ ਹਨ, ਵਾਹਗੇ ਬਾਰਡਰ ਦੇ, ਉਹਨਾਂ ਮੇਰੇ ਕੋਲ 28 ਉਹਨਾਂ ਫਾਰਮ ਬਣਾਇਆ ਸੀ, ਉਹਨਾਂ ਮੈਨੂੰ ਆਖਿਆ ਮੈਨੂੰ 100 ਬੱਕਰੀ ਕਰਕੇ ਦੇ, ਠੀਕ ਹੈ। ਮੈਂ ਜਨਾਬ ਉਹਨਾਂ ਨੂੰ 50 ਕੁ ਹੋਰ ਖਰੀਦ ਕੇ ਦਿੱਤੀਆਂ ਆਪੀ, ਅਤੇ ਉਹਨਾਂ ਮੇਰੇ ਕੋਲ 28 ਲਈਆਂ, ਫਿਕਸ ਰੇਟ ਉਹਨਾਂ ਸਾਰਾ ਇੱਕੋ ਮੋਟ ਨਿੱਕਾ, ਅੱਜ ਤੋਂ ਕੋਈ 3-4 ਸਾਲ ਪਹਿਲੇ, ਠੀਕ ਹੈ। ਉਹ ਮਾਸ਼ਾਅੱਲਾ ਮੇਰੇ ਕੋਲ ਸਾਰੀਆਂ ਤਕਰੀਬਨ ਸਿਆਲਕੋਟੀ ਹਨ, ਕੋਈ ਵਿੱਚ ਕੋਈ ਹੋਣੀ ਹੈ ਬਦਰੰਗੀ ਜਿਹੀ, ਬਾਕੀ ਸਾਰੀਆਂ ਕੱਕੀਆਂ ਖੱਟੀਆਂ ਜਿੰਨੀਆਂ। ਕਿੰਨੇ ਦੀਆਂ ਵੇਚੀਆਂ ਹਨ 28? ਉਹ ਭਾਈ ਉਸ ਟਾਈਮ ਮੈਂ 7 ਲੱਖ ਦੀਆਂ ਵੇਚੀਆਂ। ਮਾਸ਼ਾਅੱਲਾ, 3-4 ਸਾਲ ਪਹਿਲੇ? 4 ਸਾਲ ਪਹਿਲੇ। ਉਹ ਮੈਂ ਆਪਣੇ ਹਿਸਾਬ, ਮੈਨੂੰ ਪੈਸਿਆਂ ਦੀ ਕੋਈ ਜ਼ਰੂਰਤ ਪੈ ਗਈ ਸੀ, ਮੈਂ ਉਹ ਮੇਰਾ ਮਤਲਬ ਜ਼ਰੂਰਤ ਪੂਰੀ ਕਰਨ ਲਈ ਮੈਂ 7 ਲੱਖ ਦੀਆਂ ਦਿੱਤੀਆਂ। ਬੱਕਰੀਆਂ ਮੇਰੀਆਂ ਉਸ ਟਾਈਮ ਉਹ ਵੱਧ ਸਨ, ਬੜੀਆਂ ਨਾਮੀ ਗਰਾਮੀ ਬੱਕਰੀਆਂ, ਬੜੀਆਂ ਅੱਛੀਆਂ ਬੱਕਰੀਆਂ। ਉਹ 28 ਬੱਕਰੀਆਂ ਦਾ ਭਾਈ ਮੈਂ ਨਾ ਦੁੱਧ ਵੇਚਦਾ ਰਿਹਾ, ਮਾਣ 45 ਕਿਲੋ ਇੰਨਾ ਮੈਂ ਦੁੱਧ ਦਿੰਦਾ ਰਿਹਾ। ਅਤੇ ਹੁਣ ਵੀ ਕੋਈ ਦੁੱਧ ਸੇਲ ਹੁੰਦਾ ਜੀ ਕਿ ਨਹੀਂ? ਹਾਂਜੀ ਭਾਈ ਹੁੰਦਾ। ਕਿੰਨਾ ਕੁ ਹੁਣ ਬੱਚੇ ਨੇ? ਕੋਈ 8-10 ਬੱਚੇ ਨੇ, ਇਹਨਾਂ ਨੂੰ ਪਿਆ ਪਿਉ ਕੇ, ਅਤੇ ਮੇਰਾ ਮਤਲਬ ਕੋਈ 10-15 ਕਿਲੋ ਐਤਕੀ ਭਾਈ ਬਿਮਾਰੀ ਹੈ ਕਿਸੇ, ਜਿਹੜਾ ਬੱਕਰੀਆਂ ਲਾਉਣਾ ਉਹ ਜਾਂਦਾ ਪਿਆ ਕਿ ਦੁੱਧ ਕੋਈ ਨਹੀਂ ਬੱਕਰੀਆਂ ਥੱਲੇ, ਸਾਰਿਆਂ ਦਾ ਮਾਲ ਨਾ ਮੇਰਾ ਮਤਲਬ ਬਿਮਾਰ ਰਿਹਾ। ਪਤਾ ਨਹੀਂ ਕੋਈ ਅੱਲਾਹ ਦੀ ਐਸੀ ਕੁਦਰਤ, ਇੱਕ ਕਰੋਨਾ ਆ ਗਏ ਆ, ਕਰੋਨੇ ਦਾ ਸਾਡਾ ਤਾਂ ਕੋਈ ਲਿੰਕ ਨਹੀਂ, ਸਾਡਾ ਤਾਂ ਮਾਲ ਚਲੋ ਹੁਣ ਅੱਲਾਹ ਦਾ ਸ਼ੁਕਰ ਹੈ ਠੀਕ ਹੋ ਗਿਆ। ਅਤੇ ਦੁੱਧ ਦਾ ਕੀ ਰੇਟ ਮਿਲਦਾ ਪਿਆ? ਦੁੱਧ ਦਾ ਭਾਈ ਇੱਥੇ 70-75 ਰੁਪਈਏ। 70-75 ਦੁੱਧ, ਯਾਨੀ ਕੋਈ 800-900 ਦਾ ਡੇਲੀ ਦਾ ਦੁੱਧ ਸੇਲ ਹੋ ਜਾਂਦਾ? ਉਹ ਹੋ ਜਾਂਦਾ ਸ਼ੁਕਰ ਅੱਲਾਹ ਦਾ। ਚਲੋ ਮਾਸ਼ਾਅੱਲਾ। ਅਤੇ ਇੰਨਾ ਮਾਲ ਰੱਖਿਆ ਹੋਏ 25-30 ਜਾਨਵਰ ਹੋਣ, ਹਾਂਜੀ, ਅਤੇ ਮਹੀਨੇ ਦੀ ਜਾਂ ਸਾਲ ਦੀ ਕਿੰਨੀ ਕੁ ਬੱਚਤ ਹੋ ਜਾਂਦੀ? ਭਾਈ ਬੱਚਤ ਨੂੰ ਬੱਚਤ ਹੀ ਹੈ ਸਾਰੀ, ਠੀਕ ਹੈ, ਬੱਚਤ ਤਕਰੀਬਨ ਹੋ ਜਾਂਦੀ ਹੈ ਤੰਦਰੁਸਤ ਰਹਿਣ ਜਾਂ ਕੋਈ ਮੇਰਾ ਮਤਲਬ ਕੋਈ ਲੋੜ ਨਾ ਪਏ, ਰੁਪਈਆ ਕੋਈ 2 ਲੱਖ 3 ਲੱਖ ਵੀ ਬਚ ਜਾਂਦਾ, ਠੀਕ ਹੈ। ਅਤੇ ਵਿੱਚ ਇਹ ਲੋੜਾਂ ਨੇ ਸਾਰੀਆਂ, ਕਦੀ ਇਹ ਨਹੀਂ ਏਡਾ ਹਿਸਾਬ ਕਿਤਾਬ ਨਹੀਂ ਰੱਖਿਆ, ਬੜੇ ਪੈਸੇ ਸ਼ੁਕਰ ਹੈ ਅੱਲਾਹ ਦਾ, ਇਹਦੇ ਤੋਂ ਭਾਈ ਬੰਦਾ ਭੁੱਖਾ ਨਹੀਂ ਮਰਦਾ, ਠੀਕ ਹੈ। ਕੀ ਸਿਆਣੇ ਆਖਿਆ, ਊਠਾਂ ਵਾਲੇ ਸਦਾ ਕਰਜ਼ਾਈ, ਅਤੇ ਮੱਝਾਂ ਗਾਵਾਂ ਵਾਲੇ ਅੱਧੇ, ਬੱਕਰੀਆਂ ਭੇਡਾਂ ਵਾਲੇ ਸਦਾ ਸਦਾਗਰ, ਅਤੇ ਮਰ ਜਾਣ ਭਾਵੇਂ ਸਭੇ, ਠੀਕ ਹੈ। ਹਾਂਜੀ, ਗੱਲ ਜ਼ਿੰਦਾਬਾਦ ਜੀ। ਅਤੇ ਅਗਰ ਕੋਈ ਦੋਸਤ ਤੁਹਾਡੇ ਕੋਲ ਕੋਈ ਮਾਲੂਮਾਤ ਲੈਣਾ ਚਾਹੁੰਦਾ ਜਾਂ ਜਾਨਵਰ ਖਰੀਦਣਾ ਚਾਹੁੰਦਾ ਤੇ ਭਾਈ ਨਾਲ ਰਾਬਤਾ ਕਰ ਸਕਦਾ? ਹਾਂਜੀ ਕਰ ਸਕਦਾ। ਕੀ ਨੰਬਰ ਹੈ ਭਾਈ ਦਾ? ਮੇਰਾ ਭਾਈ ਨੰਬਰ ਹੈ 0346-17-10-287, ਇੱਕ ਦੂਜਾ ਨੰਬਰ ਹੈ 0310-71-33-490।